ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਦੀ ਫਤਿਹ। ਪਿਆਰੇ ਹੋ ਜੀ, ਡਾਕਟਰ ਸਾਹਿਬ ਠੀਕ ਠਾਕ ਹੋ? ਕਿਰਪਾ ਜੀ, ਚੜ੍ਹਦੀ ਕਲਾ ਚ ਕਿਰਪਾ ਵਾਲਕ ਦੀ। ਵਧੀਆ, ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ। ਹਾਂਜੀ ਮਾਲਕ, ਚਲੋ ਬਹੁਤ ਵਧੀਆ ਗੱਲ ਹੈ ਜੀ, ਕਿਉਂਕਿ ਇਹਨਾਂ ਤੋਂ ਬਿਨਾਂ ਤਾਂ ਆਪਣਾ ਕੋਈ ਸਹਾਰਾ ਵੀ ਨਹੀਂ ਹੈ। ਬਿਲਕੁਲ ਜੀ। ਆ ਡਾਕਟਰ ਸਾਹਿਬ, ਆ ਕੀ ਚੀਜ਼ ਤੁਹਾਡੇ ਹੱਥ 'ਚ? ਇਹ ਵਾਹਿਗੁਰੂ ਜੀ, ਆਪ ਜੀ ਨੂੰ ਬੇਨਤੀ ਕਰਾਂ ਕਿ ਆਪਣੀ ਜਥੇਬੰਦੀ ਵੱਲੋਂ ਹਾਂਜੀ ਪਿੰਡ ਲੋਪੋ ਦੇ ਵਿੱਚ ਹਾਂਜੀ 6ਵੇਂ ਸਤਿਗੁਰੂ ਦੇ ਦਰ ਤੇ ਅਸੀਂ ਆਏ ਹਾਂ। ਹਾਂਜੀ, ਇੱਥੇ ਉਹਨਾਂ ਦਾ ਊਟ ਆਸਰਾ ਲੈਂਦੇ ਹੋਏ ਜੀ ਸਾਡੀ ਜਥੇਬੰਦੀ ਵੱਲੋਂ ਡਾਕਟਰ ਐਸੋਸੀਏਸ਼ਨ ਵੱਲੋਂ ਜੀ ਖੂਨਦਾਨ ਕੈਂਪ ਜੀ ਜਨਰਲ ਚੈੱਕਅਪ ਕੈਂਪ ਬਿਲਕੁਲ ਪਲੱਸ ਪੌਦਿਆਂ ਦਾ ਲੰਗਰ ਲਗਾਇਆ। ਬਿਲਕੁਲ ਵਾਹ ਜੀ, ਕੀ ਬਾਤ ਹੈ ਜੀ। 18 ਤਰੀਕ ਦਿਨ ਬਹੁਤ ਗੱਲ ਹੈ, ਮਤਲਬ ਜਿਹੜਾ 18 ਬਿਲਕੁਲ ਸਹੀ ਹੈ ਜੀ। 2024 ਕਹਿੰਦੇ ਹੁੰਦੇ ਆ ਵੀ ਇੱਕ ਤੀਰ ਦੋ ਨਿਸ਼ਾਨੇ, ਆਪਾਂ ਤਿੰਨ ਨਿਸ਼ਾਨੇ ਆ ਤੇ ਬਾਕੀ ਜਿਹੜੀ ਚੈੱਕਅਪ ਵੀ ਆ, ਖੂਨਦਾਨ ਕੈਂਪ ਵੀ ਆ ਤੇ ਜਿਹੜੇ ਆਪਾਂ ਬੂਟੇ ਬਣਨੇ, ਇਹਦਾ ਵੀ ਬਹੁਤ ਵੱਡਾ ਹੈ ਜੀ। ਹਾਂਜੀ, ਵਾਤਾਵਰਨ ਵਾਸਤੇ ਬਹੁਤ ਵਧੀਆ ਗੱਲ ਆ। ਬਿਲਕੁਲ, ਬਹੁਤ ਚੰਗੀ ਗੱਲ ਹੈ ਜੀ। ਤੇ ਇਹ ਡਾਕਟਰ ਸਾਹਿਬ ਫਿਰ ਕਦੋਂ ਦਾ ਹੈਗਾ ਜੀ? ਇਹ ਦਿਨ ਜਿਹੜਾ ਐਤਵਾਰ ਆ ਰਿਹਾ ਜੀ 18 ਤਰੀਕ 18/8/2024 ਨੂੰ, ਠੀਕ ਹੈ ਜੀ, ਸਵੇਰੇ 10 ਤੋਂ ਲੈ ਕੇ 1 ਵਜੇ ਤੱਕ ਜਿਹੜਾ ਕੈਂਪ ਚੱਲੇਗਾ, ਜਿਸ ਦੇ ਵਿੱਚ ਕਿ ਖੂਨਦਾਨ ਦਾ ਕੈਂਪ ਜੀ, ਖੂਨਦਾਨ ਮਹਾਂਕਲਿਆਣ। ਵਾਹ ਜੀ ਵਾਹ। ਸੋ ਜਿੱਥੇ ਇੰਨੀਆਂ ਕੀਮਤੀ ਜਾਨਾਂ ਜਾ ਰਹੀਆਂ, ਬਿਲਕੁਲ ਉੱਥੇ ਅਸੀਂ ਸਾਡੀ ਸੰਸਥਾ ਇੱਕ ਜਥੇਬੰਦੀ ਛੋਟਾ ਜਿਹਾ ਉਪਰਾਲਾ ਕਰ ਰਹੀ ਹੈ। ਅੱਜ ਮਹਾਰਾਜ 6 ਪਾਤਸ਼ਾਹ ਨੇ, ਸਤਿਗੁਰ ਨੇ ਸਾਡੇ ਤੇ ਕਿਰਪਾ ਕੀਤੀ ਜਥੇਬੰਦੀ, ਬਿਲਕੁਲ, ਤੇ ਅਸੀਂ ਉਹਨਾਂ ਦਾ ਵੋਟ ਆਸਰਾ ਲੈਂਦੇ ਹੋਏ ਗੁਰੂ ਦੇ ਘਰ ਦੇ ਵਿੱਚ ਖੂਨਦਾਨ ਕੈਂਪ ਲਾ ਰਹੇ ਹਾਂ ਤਾਂ ਕਿ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਬਿਲਕੁਲ ਜੀ, ਬਿਲਕੁਲ ਜੀ। ਲਓ ਜੀ, ਵੀ ਇੱਕ ਡਾਕਟਰ ਸਾਹਿਬ ਵੱਲੋਂ ਇੱਕ ਸੁਨੇਹਾ ਵਾ ਵੀ ਜਿੱਥੇ ਤੱਕ ਵੀ ਇਹ ਸਾਡੀ ਵੀਡੀਓ ਜਾਂਦੀ ਆ ਤੇ ਆਪਾਂ ਅੱਗੇ ਵੀ ਸ਼ੇਅਰ ਕਰ ਦਈਏ, ਕਿਉਂਕਿ ਖੂਨਦਾਨ ਜਿਹੜਾ ਇੱਕ ਬਹੁਤ ਮਹਾਦਾਨ ਆ ਕਿ ਇੱਕ ਇੱਕ ਬੂੰਦ ਕੀਮਤੀ ਹੁੰਦੀ ਆ ਖੂਨਦਾਨ ਦੀ, ਤੇ ਇਸ ਕਰਕੇ ਡਾਕਟਰ ਸਾਹਿਬ ਜੀ ਨੇ 18 ਤਰੀਕ ਐਤਵਾਰ ਵਾਲੇ ਦਿਨ 2024 ਨੂੰ, ਆ ਜਿਹੜਾ ਹੁਣ ਐਤਵਾਰ ਆਊਗਾ 18 ਅਗਸਤ, ਹਾਂ 18 ਅਗਸਤ ਨੂੰ ਕੈਂਪ ਲੱਗ ਰਿਹਾ ਜੀ। ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀਰੀ ਦੇ ਮਾਲਕ, ਇਸ ਸਥਾਨ ਤੇ ਕੈਂਪ ਲੱਗ ਰਿਹਾ ਵਾ, ਜਿਹਨਾਂ ਦੇ ਵਿੱਚ ਤਿੰਨ ਚੀਜ਼ਾਂ ਜੀ। ਇੱਕ ਤਾਂ ਜਿਵੇਂ ਜਨਰਲ ਚੈੱਕਅਪ ਹੋਏਗਾ ਵੀ ਹਰ ਤਰ੍ਹਾਂ ਦਾ, ਚਾਹੇ ਬੱਚੇ ਦਾ ਹੋਵੇ, ਚਾਹੇ ਬਜ਼ੁਰਗ ਦਾ ਹੋਵੇ, ਚਾਹੇ ਮਾਤਾ ਭੈਣਾਂ ਦਾ ਹੋਵੇ, ਇਹ ਚੈੱਕਅਪ ਹੋਏਗਾ। ਇੱਕ ਜਿਹੜਾ ਕਿ ਬਹੁਤ ਵੱਡਾ ਅੱਜ ਦੇ ਸਮੇਂ ਨੂੰ ਵੇਖ ਕੇ, ਇੱਕ ਜਿਹੜਾ ਪੌਦਿਆਂ ਦਾ ਲੰਗਰ ਲਾ ਰਹੇ ਆ ਕਿ ਦਰਖਤ ਵੰਡਣੇ ਆ, ਪੌਦੇ ਵੰਡਣੇ ਆ, ਉਹ ਵੀ ਬਹੁਤ ਵੱਡਾ ਏ। ਤੇ ਇੱਕ ਸਭ ਤੋਂ ਵੱਡਾ ਸੰਗਤ ਜੀ ਜਿਹੜਾ ਖੂਨਦਾਨ ਆ, ਖੂਨਦਾਨ ਕਰਨਾ ਸਾਡੇ ਸਾਰਿਆਂ ਦਾ ਫਰਜ਼ ਬਣਦਾ ਏ, ਕਿਉਂਕਿ ਤੁਹਾਡਾ ਦਿੱਤਾ ਇੱਕ ਇੱਕ ਖੂਨ ਕੀਮਤੀ ਬੂੰਦ ਬੂੰਦ ਹਰ ਇੱਕ ਇਨਸਾਨ ਦੇ ਕੰਮ ਆਵੇ, ਕਿਸੇ ਦੀ ਜਾਨ ਬਚ ਜਾਵੇ ਤੇ ਉਹ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਸਕੇ ਤੇ ਪ੍ਰਮਾਤਮਾ ਦਾ ਨਾਮ ਲਵੇ। ਆਓ ਆਪਾਂ ਸਾਰੇ ਜਾਣੇ ਰਲ ਮਿਲ ਕੇ ਇਸ, ਜਿਵੇਂ ਕਹਿੰਦੇ ਆ ਵੀ ਮਹਾਯੱਗ ਦੇ ਵਿੱਚ ਜਿਹੜਾ ਖੂਨਦਾਨ ਕੈਂਪ ਆ, ਇਹਦੇ 'ਚ ਆਪਾਂ ਸਾਰੇ ਜਾਣੇ ਦਾਨ ਕਰੀਏ ਖੂਨ। ਆਓ, ਤੁਹਾਨੂੰ ਸਾਰਿਆਂ ਨੂੰ ਅਸੀਂ ਖੁੱਲ੍ਹਾ ਸੱਦਾ ਦੇ ਰਹੇ ਹਾਂ, 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ, ਦੋ ਜਹਾਨ ਦੇ ਵਾਲੀ, ਤਿੰਨਾਂ ਲੋਕਾਂ ਦੇ ਮਾਲਕ, ਪਿੰਡ ਲੋਪੋ 6ਵੇਂ ਪਾਤਸ਼ਾਹ ਜੀ ਦੇ ਸਥਾਨ ਤੇ ਇਹ 18 ਤਰੀਕ ਐਤਵਾਰ ਵਾਲੇ ਦਿਨ ਖੂਨਦਾਨ ਕੈਂਪ ਲੱਗ ਰਿਹਾ। ਆਓ ਸਾਰੇ ਜਾਣੇ, ਜਿੰਨਾ ਵੀ ਸਾਡਾ ਫਰਜ਼ ਬਣਦਾ ਏ ਥੋੜ੍ਹਾ ਬਹੁਤਾ, ਅਸੀਂ ਇਸ ਸਥਾਨ ਤੇ ਖੂਨਦਾਨ ਕਰੀਏ ਤਾਂ ਕਿ ਸਮੇਂ ਦੇ ਨਾਲ ਅਸੀਂ ਕਿਸੇ ਨਾ ਕਿਸੇ, ਕੋਈ ਮੌਤ ਦੇ ਮੂੰਹ 'ਚ ਜਾ ਰਿਹਾ ਉਹਦੀ ਜਾਨ ਬਚ ਜੇ। ਤੁਹਾਡਾ ਇੱਕ ਇੱਕ ਕਤਰਾ ਸਤਿਗੁਰੂ ਜੀ ਦੇ ਅਸੀਂ ਜਿਵੇਂ ਸੇਵਾ 'ਚ ਲਿਖੇ ਲਾਈਏ, ਕਿਉਂਕਿ ਅੱਜ ਦੇ ਸਮੇਂ 'ਚ ਜਾਨ ਬਚਾਉਣੀ ਹਰ ਇੱਕ ਦਾ ਫਰਜ਼ ਬਣਦਾ ਏ, ਤੇ ਅਸੀਂ ਇੱਕ ਇਹ ਬਹੁਤ ਵੱਡਾ ਯੋਗਦਾਨ ਪਾ ਦਈਏ। ਜੋ ਕਿ ਖੂਨਦਾਨ ਕੈਂਪ ਲੱਗ ਰਿਹਾ ਵਾ, ਇਸ ਕੈਂਪ ਦੇ ਵਿੱਚ ਤੁਸੀਂ ਸਾਰੇ ਜਾਣੇ ਆਓ ਤੇ ਆ ਕੇ ਆਪਣਾ ਜਿਹੜਾ ਚੈੱਕਅਪ ਕਰਾਓ, ਤੇ ਜਿਹੜੇ ਪੌਦੇ ਵੰਡਣੇ ਆ ਉਹ ਵੀ ਲੈ ਕੇ ਜਾਓ, ਤੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਕ ਇੱਕ
ਬੂੰਦ ਆ ਜਿਹੜੀ ਖੂਨ ਦੀ ਆਪਾਂ ਦਾਨ ਕਰੀਏ। ਬਾਕੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੀ ਇਸ ਜਗ੍ਹਾ 'ਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਉਪਰਾਲਾ ਕੀਤਾ ਵਾ। ਅਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ ਸੱਚੇ ਪਾਤਸ਼ਾਹ। ਅਤੇ ਫਿਰ ਇੱਕ ਵਾਰੀ ਅਸੀਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਜਿੱਥੇ ਤੱਕ ਸਾਡੀ ਇਹ ਵੀਡੀਓ 'ਤੇ ਆਵਾਜ਼ ਜਾਂਦੀ ਆ ਸ਼ੇਅਰ ਵੀ ਕਰ ਦਿਓ। 18 ਤਰੀਕ ਦਿਨ ਐਤਵਾਰ 2024 ਨੂੰ 6ਵੇਂ ਗੁਰੂ ਦੇ ਸਥਾਨ 'ਤੇ ਖੂਨਦਾਨ ਕੈਂਪ ਲੱਗ ਰਿਹਾ। ਆਓ ਸਾਰੇ ਜਣੇ ਅਸੀਂ ਆਪਣਾ ਥੋੜ੍ਹਾ ਬਹੁਤਾ ਜਿੰਨਾ ਵੀ ਆ ਅਸੀਂ ਖੂਨਦਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ।